ਸੋ ਹੇ ਗਾਇਜ਼, ਕੀ ਹਾਲ ਚਾਲ? ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ। ਕਲੀ ਜੋਟਾ ਅਫੀਸ਼ੀਅਲ ਟ੍ਰੇਲਰ ਸਤਿੰਦਰ ਸਰਤਾਜ, ਨਿਰੂ ਬਾਜਵਾ ਅਤੇ ਵਾਮਿਕਾ ਗਾਬੀ ਜੀ, ਵਿਜੇ ਕੁਮਾਰ ਅਰੋੜਾ ਜੀ ਇਹ ਡਾਇਰੈਕਟਰ ਨੇ ਜਾਂ ਕੀ ਚੱਕਰ ਹੈ? ਇੱਕ ਮਿੰਟ ਦੇਖੀਏ ਮਾੜਾ ਯਾਰ, ਡਾਇਰੈਕਟਰ ਕਿੱਥੇ ਹੈ? ਬੈਨਰ ਨਿਰੂ ਬਾਜਵਾ, ਫਿਲਮਸ ਪ੍ਰੋਡਿਊਸਰ ਇਹ ਹੋ ਗਏ, ਰਿਟਨ ਬਾਏ ਹਰਿੰਦਰ ਕੌਰ। ਓਕੇ, ਇੱਕ ਫੀਮੇਲ ਨੇ ਲਿਖੀ ਹੈ। ਓਕੇ, ਡੀਓਪੀ ਲਲਿਤ ਸਾਹੂ। ਬਹੁਤ ਘੱਟ ਫਿਲਮਾਂ ਜਿਹੜੀਆਂ ਫੀਮੇਲਸ ਲਿਖਦੇ ਆ, ਹੈ ਨਾ, ਬਟ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਅੱਗੇ ਆ ਰਹੇ ਨੇ, ਨਾਈਸ ਚੀਜ਼ ਹੈ। ਅਤੇ ਮੈਨੂੰ ਲੱਗਦਾ ਡਾਇਰੈਕਟਰ ਸਾਹਿਬ ਹੀ ਹੋਣਗੇ। ਹਾਂ, ਡਾਇਰੈਕਟਰ ਸਾਹਿਬ ਹੀ ਨੇ। ਆ ਜਾਓ, ਲੈਟ ਸਟਾਰਟ ਕਲੀ ਜੋਟਾ। ਟਾਈਮਸ ਮਿਊਜ਼ਿਕ 'ਤੇ ਆਇਆ, ਅਤੇ ਇਹ ਵੀ ਹੋ ਸਕਦਾ ਕਿ ਇਹ ਬਲੌਕ ਹੋ ਜਾਏ, ਕਿਉਂਕਿ ਟਾਈਮਸ ਮਿਊਜ਼ਿਕ 'ਤੇ ਬਹੁਤ ਸਾਰੀਆਂ ਚੀਜ਼ਾਂ ਬਲੌਕ ਹੋ ਜਾਂਦੀਆਂ ਹੁੰਦੀਆਂ। ਸੋ ਅੱਗੇ ਪਿੱਛੇ ਵੀ ਹੋ ਸਕਦਾ। ਜ਼ਿੰਦਗੀ ਨੂੰ ਆਪਣੀ ਮਰਜ਼ੀ ਮੁਤਾਬਿਕ ਜਿਉਣਾ ਹੀ ਸਭ ਤੋਂ ਖੂਬਸੂਰਤ ਗੱਲ ਹੈ। ਰਾਬੀਆ ਮੁਸਲਿਮ ਨੇਮ ਲੱਗ ਰਿਹਾ, ਥੋੜੀ ਏਦਾਂ ਦੀ ਫੀਲ ਆ ਰਹੀ ਹੈ। ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਲੋਕ ਆਪਣੇ ਚਾਹੁਣ ਵਾਲਿਆਂ ਦੀਆਂ ਤਸਵੀਰਾਂ ਆਪਣੇ ਫੋਨ 'ਚ ਨਹੀਂ ਬਲਕਿ ਆਪਣੇ ਦਿਲ 'ਚ ਸਾਂਭ ਕੇ ਰੱਖਦੇ ਸੀ। ਆਏ ਹਾਏ ਸੋਹਣੇ, ਉਹ ਲਾਈਨ ਵਾਲੀ ਸ਼ਰਟ, ਅੱਜ ਪੱਕਾ ਮਰੂ ਕੋਈ। ਹਾਏ ਸਤਿੰਦਰ ਸਰਤਾਜ ਸਾਹਿਬ ਨੂੰ, ਮਤਲਬ ਉਹ ਇੰਨੇ ਪਿਆਰੇ ਨੇ, ਇੰਨਾ ਮਤਲਬ ਉਹਨਾਂ ਦੀ ਪਿਆਰੀ ਲੁੱਕ ਆ ਸਾਰਾ ਕੁਝ, ਕਿ ਮਤਲਬ ਦੇਖ ਲਓ ਤੁਸੀਂ, ਉਹਨਾਂ ਨੇ ਕੁੜੀ ਨਹੀਂ ਛੇੜੀ ਪਰ ਕੁੜੀ ਨੇ ਸਤਿੰਦਰ ਸਰਤਾਜ ਸਾਹਿਬ ਨੂੰ ਛੇੜਤਾ। ਹਾਏ ਸੋਹਣਿਓ, ਲਾਈਨ ਵਾਲੀ ਸ਼ਰਟ, ਅੱਜ ਪੱਕਾ ਮਰੂ ਕੋਈ। ਹਾਏ, ਹਾਲੇ ਤੱਕ ਨਹੀਂ ਯਕੀਨ ਹੋਇਆ ਦਿਲਾਂ ਨੂੰ। ਇਹਨਾਂ ਸਾਈਕਲਾਂ ਦੇ ਹੈਂਡਲ ਰੋਜ਼ ਇਸੇ ਤਰ੍ਹਾਂ ਹੀ ਮਿਲਦੇ ਨੇ। ਤੇ ਰਾਬੀਆ ਦੀ ਕਾਰ ਦੇ ਗਲ ਬਾਹਾਂ ਪਾ ਲੈਣ ਦੀ ਰੀਝ ਪੂਰੀ ਹੋ ਜਾਂਦੀ ਹੈ। ਗੁੱਡਿਆ, ਸਾਈਕਲ ਦਾ ਤੇਰਾ ਫੇਸ ਸਿੱਟਿਆ ਪਿਆ ਇਹਨਾਂ ਨੇ। ਮੈਂ ਕਹਿੰਦਾ ਕੀ ਲੈਣਾ ਕੀ ਲੈਣਾ, ਖੜ ਇੱਥੇ। ਬੂਟੇ ਆ ਕੀ ਕਰੀ ਜਾਂਦਾ? ਮੈਡਮ ਤੁਹਾਨੂੰ ਨਹੀਂ ਪਤਾ ਜੀ, ਜਿਹਦਾ ਇਹ ਸਾਈਕਲ ਹੈ ਨਾ ਉਹ ਬਹੁਤ ਕਮੀਨੀ ਹੈ। ਬੂਟੇ, ਇਹ ਸਾਈਕਲ ਮੇਰਾ ਆ। ਇਹ ਵੀ ਬੰਦਾ ਕਹਿੰਦਾ ਪਾਪਾ ਮੈਨੂੰ ਨੌਕਰੀ ਮਿਲ ਗਈ, ਨੌਕਰੀ ਮਿਲ ਗਈ, ਸਰਕਾਰੀ ਨੌਕਰੀ। ਓ ਬੱਲੇ, ਮੇਰੀ ਧੀ ਨੂੰ ਨੌਕਰੀ ਮਿਲ ਗਈ ਓਏ ਸੱਜਣਾ ਨਾ ਮੈਂ। ਹਾਂ ਮੈਡਮ, ਤੁਹਾਡੇ ਕੋਲ ਸਿੱਧਰੇ ਆ ਜਾਓ। ਮੈਮ ਨਹੀਂ, ਰਾਬੀਆ। ਇੱਕ ਮੁਲਾਕਾਤ ਪਿੱਛੋਂ ਹੁੰਦੀ ਅਗਲੀ ਦੀ ਕਾਲੀ, ਇੱਕੋ ਇੱਕ ਜ਼ਿੰਦਗੀ ਜਦੋਂ ਪਿਆਰ ਦੇ ਕੇ ਆ ਰਿਹਾ ਚੋਂ ਖਿੰਡ ਗੈਸੀ ਫੁੱਲ। ਲੱਗਦਾ ਮੈਡਮ ਨਵੇਂ ਕਬੂਤਰ ਨਾਲ ਇਸ਼ਕ ਦੀ ਉਡਾਰੀ ਭਰਨ ਫਿਰਦੀ ਹੈ। ਇੱਕ ਗੱਲ ਕਰਨੀ ਸੀ ਮੈਂ। ਬਾਚਨ ਵਾਲੇ ਕਾਂ, ਕਬੂਤਰ ਤੇ ਤੁਸੀਂ ਕਾਂ ਕਰੋ। ਮੈਡਮ ਸਾਡੇ ਨਾਲ ਵੀ ਗੱਲ ਕਰ ਲਿਆ ਕਰੋ ਕਦੀ। ਮੇਰੀ ਬਾਂਹ ਛੱਡੋ। ਅੱਛਾ ਇੱਕ ਮਿੰਟ ਬੈਠੋ ਤੁਸੀਂ ਮੇਰੀ। ਬਸ ਕਦੇ ਕਦੇ ਐਂ ਲੱਗਦਾ ਕਿ ਸਾਲ ਇੱਕ ਮਿੰਟ ਇੰਨੀ ਸੋਹਣੀ ਹੱਸਦੀ ਵੱਸਦੀ ਕਹਾਣੀ ਕਿੱਧਰ ਸੁੱਟਦੀ ਲਿਆ ਕੇ। ਡਿਸਕ੍ਰਿਮੀਨੇਸ਼ਨ ਹੋ ਗਈ, ਮਤਲਬ ਇੱਕ ਸੈਕਸ਼ੂਅਲ ਹਰੈਸਮੈਂਟ ਕਹਿ ਸਕਦੇ ਹਾਂ ਆਪਾਂ, ਤਾਂ ਹੀ ਫਿਲਮ ਦੀ ਕਹਾਣੀ ਇੱਕ ਫੀਮੇਲ ਨੇ ਲਿਖੀ ਹੈ, ਕਿਉਂਕਿ ਇੱਦਾਂ ਦੀ ਚੀਜ਼ ਨੂੰ ਮਰਦ ਲਿਖਦੇ ਹੀ ਨਹੀਂ। ਬਸ ਕਦੇ ਕਦੇ ਐਂ ਲੱਗਦਾ ਕਿ ਸਾਹ ਲੈਣਾ ਹੀ ਸਭ ਤੋਂ ਔਖਾ ਕੰਮ। ਮੈਂ ਮੈਡਮ ਰਾਬੀਆ ਨੂੰ ਮਿਲਣਾ ਸੀ, ਮੈਂ ਉਹਨਾਂ ਦੀ ਸਟੂਡੈਂਟ ਹਾਂ। ਇੱਥੇ ਕੋਈ ਰਾਬੀਆ ਨਹੀਂ ਰਹਿੰਦੀ, ਤੁਸੀਂ ਜਾਓ ਇੱਥੇ। ਮੇਰੇ ਇੱਕ ਟੀਚਰ ਹੁੰਦੇ ਸੀ ਨਾ ਰਾਬੀਆ ਮੈਮ, ਤੁਹਾਨੂੰ ਪਤਾ ਕੁਛ ਉਹਨਾਂ ਬਾਰੇ? ਸੁਣਿਆ ਸੀ ਪੁੱਤ, ਉਹਦਾ ਤਾਂ ਦਿਮਾਗ ਹਿੱਲ ਗਿਆ। ਰਾਬੀਆ ਆਪਦੇ ਆਲੇ ਦੁਆਲੇ ਹਰ ਮਰਦ ਨੂੰ ਆਪਣਾ ਦੀਵਾਨਾ ਬਣਾਉਣਾ ਚਾਹੁੰਦੀ ਸੀ। ਰਾਬੀਆ ਦੇਖਿਆ 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 ਕਿੰਨਾ ਮਰਦ ਨਾ ਕਈ ਵਾਰ ਫੀਲ ਹੁੰਦਾ ਕਿ ਨਾ ਮਰਦ ਆਪਣੇ ਮੈਨੂੰ ਪ੍ਰਧਾਨ ਸਿਰਫ ਇਸੇ ਕਰਕੇ ਬਣਾ ਕੇ ਬੈਠਾ ਕਿਉਂਕਿ ਇੱਕ ਥੋੜ੍ਹਾ ਜਿਹਾ ਤਾਕਤਵਰ ਹੈ, ਦੂਜਾ ਡਰਪੋਕ ਹੈ, ਬਹੁਤ ਹੀ ਲੂਸ ਕੈਰੈਕਟਰ ਵਾਲੀ ਔਰਤ। ਤੁਸੀਂ ਕਾਲਜ ਤੋਂ ਬਾਅਦ ਰਾਬੀਆ ਮੈਮ ਨੂੰ ਕਦੇ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਮੈਂ ਮੈਡਮ ਰਾਬੀਆ ਬਾਰੇ ਗੱਲ ਕਰਨੀ ਸੀ। ਮੈਂ ਨਹੀਂ ਉਹਨਾਂ ਬਾਰੇ ਕੁਝ ਜਾਣਦਾ। ਤੁਹਾਨੂੰ ਉਸ ਦਿਨ ਬਾਰੇ ਹੋਰ ਕੁਝ ਯਾਦ ਹੈ? ਛੋਟੀ ਤੋਂ ਛੋਟੀ ਗੱਲ ਬਹੁਤ ਜ਼ਰੂਰੀ ਆ। ਇਹ ਸਕੂਲ ਮਾਸਟਰ ਨਹੀਂ ਘੱਟ ਮਾਡਲ ਬਣ ਕੇ ਜਾਂਦਾ ਜਾਂਦੀ ਸੀ, ਇਹੋ ਜਿਹੀ ਭੈਣ ਦੇ ਨਾ ਵੱਢ ਕੇ ਟੋਟੇ ਕੀਤੇ ਹੋਣ। ਮੈਡਮ ਰਾਬੀਆ ਤੇ ਉਸ ਘਰ 'ਚ ਰਹਿੰਦੇ ਨਹੀਂ ਹੈ, ਮੈਨੂੰ ਉਹਦੇ ਘਰ ਦਾ ਮਾਹੌਲ ਠੀਕ ਜਿਹਾ ਨਹੀਂ ਲੱਗਿਆ। ਔਰਤਾਂ ਵਾਲੀ ਤਾਂ ਕੋਈ ਗੱਲਬਾਤ ਹੀ ਹੈ ਨਹੀਂ ਸੀ ਉਹਦੇ 'ਚ, ਹਮੇਸ਼ਾ ਮਰਦਾਂ ਨਾਲ ਮੁਕਾਬਲਾ ਕਰਦੀ ਸੀ। ਆਈ ਆਬਜੈਕਟ ਮਾਈ ਲਾਰਡ। ਓਕੇ, ਕੇਸ ਚੱਲ ਰਿਹਾ ਹੈ ਯਾਰ, ਇਹ ਤਾਂ ਬਹੁਤ ਤਕੜੇ ਲੈਵਲ 'ਤੇ ਫਿਲਮ ਬਣਾ ਗਏ ਯਾਰ। ਮੈਂ ਉਹੀ ਤਾਂ ਸੋਚਦਾ ਸੀਗਾ ਕਿ ਸਰਤਾਜ ਸਾਹਿਬ ਇੱਕ ਛੋਟੇ ਜਿਹੇ ਰੋਮੈਂਟਿਕ ਫਿਲਮ ਦੇ ਰੋਲ ਤਾਂ ਨਹੀਂ ਕਰਨ ਲੱਗੇ।
ਕੀ ਕਸੂਰ ਸੀ ਰਾਬੀਆ ਦਾ? ਇਹੀ ਕਿ ਉਹ ਆਪਣੀ ਮਰਜ਼ੀ ਨਾਲ ਜੁੜਨਾ ਚਾਹੁੰਦੀ ਸੀ। ਆਪਣੇ ਮੁਤਾਬਿਕ ਜੁੜਨਾ ਤਾਂ ਸਭ ਦਾ ਹੱਕ ਹੈ ਨਾ ਸਰ। तगड़ा है, एक बहुत वधिया गल है कि पंजाबी इंडस्ट्री कुछ इदा का लैके आ रही है, तो कुछ तगड़े तगड़े एक्टर लैके आ रहे हैं साढ़े को। नॉर्मल मोर चीज़ नहीं हैगी मेरे वालों तक क्लैपिंग है भाई, यह जहाँ टॉपिक चक के लिया तो बहुत वधिया गल है। साडा मर्द प्रधान समाज कुछ भी गलत करके तो बचो अपने सही साबित करके तो औरत नूं इदा कर दिंदा। हाँ, पंजे उंगलों एक बराबर नहीं, कई थां ते कुड़ियां भी गलत होंदिया ने ਅਤੇ ਕਈ ਥਾਂ 'ਤੇ ਮੁੰਡੇ ਵੀ ਗਲਤ ਹੁੰਦੇ ਨੇ। ਅੱਜ ਕੱਲ੍ਹ ਤਾਂ ਕੁੜੀਆਂ ਬਥੇਰਾ ਲੱਛਣ ਕਰ ਰਹੀਆਂ ਨੇ, ਬਟ ਫਿਰ ਵੀ ਕਿਤੇ ਨਾ ਕਿਤੇ ਆਈ ਥਿੰਕ ਸੈਕਸ਼ੁਅਲ ਹਰੈਸਮੈਂਟ 'ਚ ਅੱਜ ਵੀ ਮੁੰਡੇ ਜ਼ਿਆਦਾ ਦੋਸ਼ੀ ਹੈ। ਸਤਿ ਸ਼੍ਰੀ ਅਕਾਲ।